Welcome to Channel I. Please subscribe and press the bell icon for latest updates. Official sponsor Bedi Medical Store. Special thanks to Dr. Gurmeet Singh Bedi for the concept and idea. Welcome to Channel I. Channel I ਤੁਹਾਡਾ ਇੱਕ ਵਾਰੀ ਫੇਰ ਸਵਾਗਤ ਹੈ। ਮੈਂ ਤੁਹਾਡਾ ਹੋਸਟ ਤੇ ਦੋਸਤ ਤੁਹਾਡਾ ਸਵਾਗਤ ਕਰਦਾ ਹਾਂ Channel I ਤੇ ਇੱਕ ਵਾਰੀ ਫੇਰ। ਅੱਜ ਅਸੀਂ ਜਿਹੜਾ ਇੰਗਲਿਸ਼ ਲੈਂਗੁਏਜ ਦਾ ਕਨਸੈਪਟ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਸੈਂਟੈਂਸ ਯਾਨੀ ਕਿ ਵਾਕ। ਸਭ ਤੋਂ ਮਹੱਤਵਪੂਰਨ ਮੋਸਟ ਇੰਪੋਰਟੈਂਟ ਕਨਸੈਪਟ ਹੈ ਇੰਗਲਿਸ਼ ਲੈਂਗੁਏਜ ਦਾ, ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ। ਕਾਫੀ ਤਰ੍ਹਾਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਸਾਨੂੰ ਵਾਕ ਜਾਂ ਸੈਂਟੈਂਸ ਨੂੰ ਬਣਾਉਣ ਵਿੱਚ, ਪਰ ਅੱਜ ਜੋ ਮੈਂ ਫੈਕਟ ਜਾਂ ਟ੍ਰਿਕਸ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਉਹਦੇ ਨਾਲ ਇੰਗਲਿਸ਼ ਲੈਂਗੁਏਜ ਵਾਕ ਨੂੰ ਫੋਰਮ ਕਰਨਾ ਕਾਫੀ ਜ਼ਿਆਦਾ ਆਸਾਨ ਹੋ ਜਾਵੇਗਾ। ਪਰ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਲਾਈਫ ਹੈਜ਼ ਨੋ ਸ਼ੋਰਟਕੱਟ ਐਂਡ ਦ ਸੇਮ ਵੇ ਇਨ ਲੈਂਗੁਏਜ ਟੂ, ਕਿ ਸੈਂਟੈਂਸ ਨੂੰ ਫੋਰਮ ਕਰਨ ਵਾਸਤੇ ਜਿਹੜੀ ਟ੍ਰਿਕਸ ਜਾਂ ਫੈਕਟਸ ਨੇ ਉਹ ਤਾਂ ਹੀ ਤੁਹਾਡੇ ਲਈ ਸਹਾਈ ਨੇ, ਮਦਦਗਾਰ ਨੇ, ਠੀਕ ਹੈ, ਪ੍ਰੋਬਲਮ ਸੋਲਵਿੰਗ ਹੋਣਗੀਆਂ ਜੇਕਰ ਤੁਸੀਂ ਕੁਛ ਪ੍ਰੈਕਟਿਸ ਕਰੋਗੇ ਤਾਂ। ਸੋ ਪ੍ਰੈਕਟਿਸ ਕਾਫੀ ਜ਼ਰੂਰੀ ਹੈ। ਸਿਰਫ ਟ੍ਰਿਕਸ ਜਾਂ ਐਸੀਆਂ ਚੀਜ਼ਾਂ 'ਤੇ ਉੱਪਰ ਨਿਰਭਰ ਰਹਿਣਾ ਕੋਈ ਮੈਂ ਅਕਲਮੰਦੀ ਵਾਲੀ ਗੱਲ ਨਹੀਂ ਮੈਂ ਕਹਾਂਗਾ। ਸੋ ਪ੍ਰੈਕਟਿਸ ਕਰੋਗੇ ਤਾਂ ਬਹੁਤ, ਇਹ ਟ੍ਰਿਕਸ ਜਾਂ ਇਹ ਫੈਕਟ ਯੂਜ਼ ਕਰਕੇ ਪ੍ਰੈਕਟਿਸ ਕਰੋਗੇ ਤਾਂ ਬਹੁਤ ਆਸਾਨੀ ਨਾਲ ਸੈਂਟੈਂਸ ਫੋਰਮ ਕਰ ਸਕੋਗੇ, ਜਿੰਨਾ ਤੁਸੀਂ ਐਪਲੀਕੇਸ਼ਨ ਐਸੇ ਵਗੈਰਾ ਜੋ ਕਿ ਕੰਪੀਟੀਟਿਵ ਐਗਜ਼ਾਮਸ ਵੀ ਅੱਜ ਕੱਲ੍ਹ ਆ ਰਹੀਆਂ ਨੇ ਕਾਫੀ ਜ਼ਿਆਦਾ, ਜਾਂ ਕੰਪਰੀਹੈਂਸ਼ਨ ਵਗੈਰਾ, ਕਾਫੀ ਜ਼ਿਆਦਾ ਸਹਾਇਤਾ ਮਿਲੂਗੀ ਤੁਹਾਨੂੰ ਇਹਨਾਂ ਚੀਜ਼ਾਂ ਨੂੰ ਸੋਲਵ ਕਰਨ ਵਿੱਚ। ਚਲੋ ਬਿਨਾਂ ਵਕਤ ਗੁਆਏ ਅਸੀਂ ਆਪਣਾ ਅੱਜ ਦਾ ਜਿਹੜਾ ਕੰਸੈਪਟਿੰਗ ਲੈਂਗੁਏਜ ਦਾ ਸੈਂਟੈਂਸ ਉਹਨੂੰ ਸ਼ੁਰੂ ਕਰਦੇ ਹਾਂ। ਪਹਿਲਾਂ ਅਸੀਂ ਸੈਂਟੈਂਸ ਨੂੰ ਸਮਝਣ ਵਾਸਤੇ ਉਹਨੂੰ ਇੱਕ ਫਾਰਮੂਲੇ 'ਚ ਡਿਵਾਈਡ ਕਰਦੇ ਹਾਂ ਕਿ ਸੈਂਟੈਂਸ ਨੂੰ ਮੇਨਲੀ ਤਿੰਨ ਭਾਗ ਵਿੱਚ ਡਿਵਾਈਡ ਕੀਤਾ ਜਾ ਸਕਦਾ ਜਾਂ ਕੀਤਾ ਹੁੰਦਾ ਆ। ਪਹਿਲਾ ਭਾਗ ਹੁੰਦਾ ਸਬਜੈਕਟ ਮੀਨਸ ਕਰਤਾ, ਯਾਨੀ ਕਿ ਉਹ ਨਾਊਨ ਜਾਂ ਪ੍ਰੋਨਾਊਨ ਜੋ ਕਿਸੇ ਕੰਮ ਨੂੰ ਕਰਦਾ ਆ। ਸੈਕਿੰਡ ਤੇ ਨੰਬਰ 'ਤੇ ਆ ਜਾਂਦਾ ਵਰਬ, ਵਰਬ ਮੀਨਸ ਐਕਸ਼ਨ ਵਰਡ ਜਾਂ ਕੰਮ ਨੂੰ ਦਰਸਾਉਣ ਵਾਲਾ ਕਿ ਕਿਸ ਤਰ੍ਹਾਂ ਦਾ ਕੰਮ ਹੋ ਰਿਹਾ ਹੈ, ਖਾਣ ਦਾ ਕੰਮ ਹੋ ਰਿਹਾ ਹੈ, ਭੱਜਣ ਦਾ ਕੰਮ ਹੋ ਰਿਹਾ, ਸੌਣ ਦਾ ਕੰਮ ਹੋ ਰਿਹਾ, ਕਿਸ ਤਰ੍ਹਾਂ ਕੰਮ ਹੋ ਰਿਹਾ ਹੈ, ਠੀਕ ਹੈ, ਉਹਨੂੰ ਵਰਬ ਕਹਿ ਦਿੰਦੇ ਹਾਂ। ਥਰਡ ਕੰਸੈਪਟ ਹੈ ਓਬਜੈਕਟ, ਓਬਜੈਕਟ ਮੀਨਸ ਕਿ ਕਿਹੜੇ ਕੰਮ ਉੱਪਰ ਨਾਊਨ ਜਾਂ ਪ੍ਰਨਾਊਨ ਆਪਣਾ ਐਕਸ਼ਨ ਪਰਫੋਰਮ ਕਰ ਰਿਹਾ ਹੈ ਉਹ ਓਬਜੈਕਟ ਆ ਜਾਂਦਾ ਆ, ਕਿਹੜੀ ਚੀਜ਼ ਉੱਪਰ ਜਾਂ ਕਿਹੜੇ ਕੰਮ ਉੱਪਰ ਉਹਨੂੰ ਆਪਾਂ ਓਬਜੈਕਟ ਕਹਿ ਸਕਦੇ ਹਾਂ। ਇਹ ਇੱਕ ਬੇਸਿਕ ਫਾਰਮੂਲਾ ਆ ਜਿਹਨੂੰ ਕਿ ਤੁਸੀਂ ਆਪਣੀ ਜੇਕਰ ਦਿਮਾਗ 'ਚ ਰੱਖੋ ਤਾਂ ਕਾਫੀ ਜ਼ਿਆਦਾ ਸਹਾਇਤਾ ਮਿਲੂਗੀ ਇਸ ਦੇ ਨਾਲ ਤੁਹਾਨੂੰ ਸੈਂਟੈਂਸ ਫੋਰਮ ਕਰ, ਖਾਸ ਕਰਕੇ ਸ਼ੋਰਟ ਸੈਂਟੈਂਸ ਫੋਰਮ ਕਰਨ ਵਿੱਚ, ਠੀਕ ਹੈ। ਲੌਂਗ ਸੈਂਟੈਂਸ ਦਾ ਜਿਹੜਾ ਕੰਸੈਪਟ ਉਹ ਵੀ ਲਾਸਟ ਵਿੱਚ ਮੈਂ ਥੋੜ੍ਹਾ ਤੁਹਾਨੂੰ ਆਈਡੀਆ ਦਊਂਗਾ, ਪਰ ਬੇਸਿਕ ਲੈਵਲ 'ਤੇ ਕਾਫੀ ਜ਼ਿਆਦਾ ਤੁਹਾਡੇ ਲਈ ਸਹਾਇਕ ਹੋਣਗੇ ਜਿਨ੍ਹਾਂ ਨੂੰ ਇੰਗਲਿਸ਼ ਲੈਂਗੁਏਜ ਵਿੱਚ ਪ੍ਰੋਬਲਮ ਹੁੰਦੀ ਹੈ ਕਾਫੀ ਜ਼ਿਆਦਾ। ਜੇਕਰ ਉਹ ਇਹ ਸਿੱਖਣਗੇ ਤਾਂ ਜਲਦੀ ਦੇ ਨਾਲ ਕੋਈ ਵੀ ਪੈਰਾਗ੍ਰਾਫ ਡਿਵੈਲਪ ਕਰ ਸਕਦੇ ਆ, ਕੁਛ ਵੀ ਡਿਵੈਲਪ ਐਪਲੀਕੇਸ਼ਨ ਹੈ, ਪੈਰਾਗ੍ਰਾਫ, ਨੋਟਿਸ, ਜੋ ਚੀਜ਼ਾਂ ਹੁੰਦੀਆਂ ਨੇ ਕੰਪੀਟੀਟਿਵ ਐਗਜ਼ਾਮ ਵਿੱਚ ਜਾਂ ਉਸ ਤਰ੍ਹਾਂ ਵੀ ਐਗਜ਼ਾਮ ਵਿੱਚ ਮੋਸਟਲੀ ਜਿਨ੍ਹਾਂ ਦੇ ਮਾਰਕਸ ਆ ਸਕਦੇ ਨੇ ਸਾਨੂੰ ਜ਼ਿਆਦਾ, ਉਹਨੇ ਸੋਲਵ ਕਰ ਸਕਦੇ ਆਸਾਨੀ ਦੇ ਨਾਲ। ਅਤੇ ਜਿਹੜੇ ਆਪਾਂ ਕਹੀਏ ਤਾਂ ਵਰਬ ਤੋਂ ਬਿਨਾਂ ਸੈਂਟੈਂਸ ਇਵੇਂ ਹੋ ਜਾਂਦਾ ਹੈ ਜਿਵੇਂ ਇੰਜਨ ਤੋਂ ਬਿਨਾਂ ਗੱਡੀ ਹੋ ਜਾਂਦੀ ਹੈ, ਕਿ ਜਿੰਨਾ ਚਿਰ ਇੰਜਨ ਹੀ ਨਹੀਂ ਹੋਏਗਾ ਗੱਡੀ ਵਿੱਚ, ਬੇਸ਼ੱਕ ਉਹਦਾ ਪੂਰਾ ਢਾਂਚਾ ਤਿਆਰ ਹੋਏ, ਹਰ ਇੱਕ ਇਕੁਪਮੈਂਟ ਹੋਏ ਵਿੱਚ, ਪਰ ਉਹ ਮੂਵ ਨਹੀਂ ਕਰ ਸਕਦੀ। ਉਸ ਤਰ੍ਹਾਂ ਵਰਬ ਜਿਹੜਾ ਹੈ ਮੂਵ ਕਰਦਾ, ਐਕਸ਼ਨ ਦਿੰਦਾ ਆ ਉਹਨੂੰ, ਜਿਵੇਂ ਕਿ ਇੰਜਨ ਐਕਸ਼ਨ ਦਿੰਦਾ ਆ, ਇੰਜਨ ਜਾਂ ਫਿਊਲ ਲੈ ਲਓ, ਕੁਛ ਵੀ ਐਗਜ਼ਾਮਪਲ ਲੈ ਸਕਦੇ ਹਾਂ। ਇਹਨੂੰ ਬਿਹਤਰ ਸਮਝਾਉਣ ਵਾਸਤੇ ਅਸੀਂ ਸਬਜੈਕਟ ਦੇ ਵਰਬ ਨੂੰ ਇਕੱਲੇ ਇਕੱਲੇ ਕਰਕੇ ਉਹਦੀ ਡੈਫੀਨੇਸ਼ਨ ਦੇਣ ਦੀ ਕੋਸ਼ਿਸ਼ ਕਰਦਾ ਹਾਂ ਮੈਂ ਤੁਹਾਨੂੰ। ਪਹਿਲਾਂ ਸਬਜੈਕਟ, ਸਬਜੈਕਟ ਦਾ ਕਰਤਾ, ਕਰਤਾ ਮੀਨਸ ਕਿ ਕੋਈ ਵੀ ਨਾਊਨ ਜਾਂ ਪ੍ਰੋਨਾਊਨ, ਜਿਸ ਤਰ੍ਹਾਂ ਕੋਈ ਵੀ ਪ੍ਰੋਨਾਊਨ ਹੋ ਸਕਦਾ, ਹੀ ਆਦਮੀ ਵਾਸਤੇ, ਸ਼ੀ ਔਰਤ ਵਾਸਤੇ, ਇੱਟ ਕਿਸੇ ਚੀਜ਼ ਵਾਸਤੇ, ਜਾਂ ਕੁਛ ਤਰ੍ਹਾਂ ਦਾ ਕੋਈ ਨੇਮ ਹੋ ਸਕਦਾ, ਰਾਮ, ਸ਼ਾਮ, ਗੋਲਡੀ, ਕੁਛ ਵੀ ਨੇਮ ਹੋ ਸਕਦਾ ਹੈ, ਠੀਕ ਹੈ। ਇਹਦਾ ਮੇਨ ਕੀ ਕੰਮ ਹੁੰਦਾ ਹੈ, ਐਕਸ਼ਨ ਨੂੰ ਪਰਫੋਰਮ ਕਰਨਾ, ਕਿਸੇ ਚੀਜ਼ ਦੇ ਉੱਪਰ ਕਿਸੇ ਤਰ੍ਹਾਂ ਦੇ ਐਕਸ਼ਨ ਨੂੰ ਪਰਫੋਰਮ ਕਰਨਾ। ਜਿੱਦਾਂ ਇੰਡੀਆ ਪਲੇ ਕ੍ਰਿਕਟ, ਅਤੇ ਇੰਡੀਆ ਵਿਨ ਕ੍ਰਿਕਟ, ਵਿਨ ਜਿਹੜੇ ਹੈ, ਵਿਨ ਜਾਂ ਪਲੇ ਹੈ ਇੱਕ ਤਰ੍ਹਾਂ ਦਾ ਐਕਸ਼ਨ ਹੈ, ਜਾਂ ਇੰਡੀਆ ਆਪਾਂ ਯੂਜ਼ ਕਰ ਰਹੇ ਹਾਂ ਉਹ ਸਬਜੈਕਟ ਮੀਨਸ ਕਰਤਾ ਦਾ ਕੰਮ ਕਰਦਾ ਹੈ। ਨੈਕਸਟ ਹੈ ਵਰਬ, ਵਰਬ ਮੋਸਟ ਇੰਪੋਰਟੈਂਟ ਪਾਰਟ ਹੈ ਜੀ, ਇਸ ਤੋਂ ਬਿਨਾਂ ਕੋਈ ਵੀ ਸੈਂਟੈਂਸ ਜਿਹੜਾ ਹੋਇਆ ਉਹ ਕੰਪਲੀਟ ਮੀਨਿੰਗ ਨਹੀਂ ਦੇ ਸਕਦਾ, ਜਾਂ ਇਸ ਤਰ੍ਹਾਂ ਕਹਿ ਲਓ ਕੋਈ ਵੀ ਸੈਂਟੈਂਸ ਜਿਹੜਾ ਹੋਇਆ ਉਹ ਫੋਰਮ ਹੀ ਨਹੀਂ ਹੋ ਸਕਦਾ। ਵਰਬ ਤੋਂ ਬਿਨਾਂ ਜੇ ਅਸੀਂ ਵਰਡ ਲਿਖਾਂਗੇ ਤਾਂ ਉਹ ਜੰਬਲ ਆਫ ਵਰਡਸ ਹੋ ਜਾਣਗੇ ਔਰ ਕੁਛ ਨਹੀਂ ਰਹੇਗਾ। ਸੋ ਵਰਡ ਮੇਨ ਪਾਰਟ ਹੈ, ਵਰਡ ਬਹੁਤ ਨੂੰ ਹਮੇਸ਼ਾ ਧਿਆਨ ਦੇ ਨਾਲ ਯੂਜ਼ ਕਰਨਾ ਪੈਂਦਾ ਹੈ, ਅਤੇ ਵਰਬ ਨੂੰ ਸਮਝਣ ਵਾਸਤੇ ਉਹਨੂੰ ਟੈਂਸ ਨੂੰ ਵੀ ਸਮਝਣਾ ਪਊਗਾ, ਜੋ ਕਿ ਨੈਕਸਟ ਵੀਡੀਓ ਵਿੱਚ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਨੈਕਸਟ ਵੀਡੀਓ ਪਾਉਣ ਦੀ ਟੈਂਸ ਵਾਸਤੇ। ਸੋ ਵਰਬ ਕੀ ਹੁੰਦਾ, ਕੰਮ ਨੂੰ ਦਰਸਾਉਣ ਵਾਲਾ, ਯਾਨੀ ਕਿਸ ਤਰ੍ਹਾਂ ਦਾ ਕੰਮ ਹੋ ਰਿਹਾ ਹੈ, ਇਹਨੂੰ ਆਪਾਂ ਡੂਇੰਗ ਜਾਂ ਐਕਸ਼ਨ ਵਰਡ ਵੀ ਕਹਿ ਸਕਦੇ ਹਾਂ, ਕਿਉਂਕਿ ਇਹ ਕੰਮ ਨੂੰ ਦਰਸਾਉਂਦਾ ਆ,
ठीक है। सब्जेक्ट जरा वर्ब के जरिए ही कोई काम करता है, वर्ब तो बिना कोई भी काम नहीं कर सकता। इसके एक्शन वर्ड कह सकते हैं, जिस तरह खाना, ठीक है, खेडना, ये एक्शन वर्ड्स हो गए नहीं, ठीक है। बेहतर सम नैक्सट आप लवेंगे ऑब्जेक्ट। ऑब्जेक्ट उसका काम या कोई चीज़ जिसे कोई काम परफॉर्म किया जाता, जितना आई लाइक इंडियन फूड, आई सब्जेक्ट हो गया, लाइक जरा वो वर्ब हो गया, एंड इंडियन फूड ये की हो गया एक तरह का ऑब्जेक्ट, ठीक है। मैं की चीज़ पसंद करता, इंडियन फूड, जैसे राम प्ले क्रिकेट, राम सब्जेक्ट हो गया, प्ले वर्ब हो गया, क्रिकेट एक तरह का की हो जाता है ऑब्जेक्ट, कि राम की खेड रहा है, क्रिकेट खेल रहा है, क्रिकेट आप फुटबॉल कह सकते, कुछ भी कह सकते हैं, ठीक है। इस तरह ने आप ऑब्जेक्ट कहेंगे। बेहतर समझने एग्जाम्पल जी आप एक लेने जिद कि मैं सब्जेक्ट तो ऑब्जेक्ट न सेम रह दिता है, तो सिर्फ वर्ब न चेंज किया है। फस्ट देखो, मदर ईट्स फूड, इतने मदर खाना खा रही है। मदर कुक्स फूड, उतने मदर खाना बना रही है। मदर थ्रोज फूड, उतने मदर खाना सुट रही, खाना सुट रही है। वैसे खाने को बर्बाद नहीं करना चाहिए, पर एज एग्जाम्पल यूज कर रहे हैं। सो इतने मदर सब्जेक्ट देखो, सब्जेक्ट कौन है, करता कौन है, काम नु कर कौन रहा है, मदर। तो वर्ब राइन की हो तो एक्शन चेंज होंगे जा रहा, पहली पहले सेंटेंस में तो एक्शन की हो खाना खा रही सी, सैकेंड में की से हो खाना बना रही सी, थर्ड में की से हो खाना सुट रही सी, ठीक है। जन कि वर्ब चेंज करांगे ता ओदा मीनिंग चेंज हो जाएगा वर्ड का, वर्ब चेंज करना। जे आप ऑब्जेक्ट या सब्जेक्ट चेंज करांगे तो उस तरह किस तरह का भी कोई ज़्यादा मीनिंग में फर्क नहीं पड़ेगा। फॉर एग्जाम्पल ऐसा जी, तो मदर ईट्स फूड है, मदर ईट्स समथिंग, ईट्स बर्गर, ठीक है, पर खा रही तो खा ही रही है, बर्गर भी एक तरह का फूड ही हो गया, ठीक है। इस करके सब्जेक्ट या ऑब्जेक्ट चेंज करना मीनिंग में कोई खास डिफरेंस नहीं होंगे, जदों की जेकर आप वर्ब न चेंज करते हैं तो मीनिंग काफ़ी हद तक चेंज हो जाता। तुम एग्जाम्पल लैके देख सकते हो, आसानी के नाल समझ सकते हो कि मदर ईट्स फूड, मदर खाना खा रही है, मदर कुक्स फूड, मदर खाना बना रही है, मदर थ्रोस फूड, मदर खाना सुट रही है, कितना फर्क पै जाता है, ठीक है, मीनिंग। आप कुछ एक लोंग सेंटेंस की गल करते हैं इतने आप, ठीक है। ये लोंग सेंटेंस लै गया, ही हैज़ नॉट रिपीटड दिस लैसन, कि उन्हें ये लैसन दोहराया नहीं है। हैज़ लगा हुआ है, ना रिपीटड वर्ब की थर्ड फॉर्म लगी हुई है, मीनस प्रेजेंट परफेक्ट टेंस है, तो नॉट आप एज आ नैगेटिव यूज कर रहे हैं। हमेशा एक गल याद रखियो कि जरा हेल्पिंग वर्ब होंदा है वो सब्जेक्ट तो बाद ते मेन वर्ब तो पहला लगेगा, ठीक है। हेल्पिंग वर्ब जरा होंदा है ये हमेशा याद रखियो, हेल्पिंग वर्ब सानू कई बार प्रॉब्लम आती है, काफ़ी ज़्यादा प्रॉब्लम आती है लोगों को, हेल्पिंग वर्ब की है चीज़ की। हेल्पिंग वर्ब एक तरह का टेंस सपोर्ट करता है सेंटेंस में, कि किस तरह का टेंस जरा है वो यूज हो रहा है सेंटेंस के। सो ही की इतने एक सब्जेक्ट हैज़ हेल्पिंग वर्ब आ, जो कि ये शो कर रहा है कि ये जरा सेंटेंस है इग्नू कि टेंस में बिलोंग कर दिया है, ये परफेक्ट में बिलोंग कर रहा है। नॉट एक तरह नैगेटिव है, जो ना पक्की गल करता है, ठीक है, नैगेटिविटी देता है सेंटेंस में, उस वास्ते यूज़ किया है। नॉट का यूज़ आप हेल्पिंग वर्ब तो बाद करना है, जो हेल्पिंग वर्ब नहीं आ रहा तो मेन वर्ब तो पहला करना है। ये हमेशा याद रखियो कि जेकर आप दो हेल्पिंग वर्ब लै रहे हैं, जब आप फ्यूचर परफेक्ट लेंगे मोस्टली, ठीक है, विल तो हैव लें, वो आप पहले हेल्पिंग वर्ब तो बाद जो वर्ब यूज करना, नैगेटिव जो नॉट है वो यूज़ करना, ये गल का हमेशा ध्यान रखना। अगर रिपीटड की है वर्ब की थर्ड फॉर्म है, क्योंकि आप प्रेजेंट परफेक्ट की गल कर रहे हैं, इसकी वर्ब की थर्ड फॉर्म है। दिस की है डेमोन्स्ट्रेटिव एक्टिव है, डेमोन्स्ट्रेटिव एक्टिव वो होंगे ने जो ऑब्जेक्ट के नाल आके वो पहचान कराते हैं, डेमोन्स्ट्रेट कराते हैं उन्होंने, ठीक है। जन कि दिस पहचान करा रहा है कि उन्हें कहड़ा लैसन रिपीट नहीं किया, आ वाला लैसन रिपीट किया, क्योंकि बुक में काफ़ी ज़्यादा लैसन हो जाएंगे, इस करके उन्हें स्पैशली उन्होंने पॉइंट आउट करता है, ठीक है, ये काम कर रहा है। अगर लैसन वही ऑब्जेक्ट या चीज़ आ, ठीक है, जिन्होंने उन्हें रिपीट नहीं किया, ठीक है। दोबारा एक बार फिर आप रिपीट कर देने, ही हो गया सब्जेक्ट, ठीक है, हैज़ हेल्पिंग वर्ब, नॉट नैगेटिव शो कर रहा है, नैगेटिविटी शो कर रहा है सेंटेंस में। रिपीटेड वर्ब की फॉर्म है, जो थर्ड वर्ब की फॉर्म है, क्योंकि यह आप प्रेजेंट परफेक्ट टेंस यूज कर रहे हैं। दिस डेमोन्स्ट्रेटिव एडजेक्टिव है, ठीक है, जो कि पॉइंट आउट कर रहा है लैसन के बाद, तो लैसन की है ऑब्जेक्ट, ठीक है।
ਅਤੇ ਫਿਰ ਆਪਾਂ ਇੱਕ ਵਾਰੀ ਰਿਪੀਟ ਕਰਦੇ ਹਾਂ ਕਿ ਜਿਹੜਾ ਆਪਾਂ ਹੈਲਪਿੰਗ ਵਰਬ ਲੈਣਾ ਆ ਉਹ ਸਬਜੈਕਟ ਤੋਂ ਬਾਅਦ 'ਚ, ਰਿਪੀਟਡ ਤੋਂ ਮੇਨ ਵਰਬ ਤੋਂ ਪਹਿਲਾਂ, ਠੀਕ ਹੈ। ਉਸ ਤੋਂ ਬਾਅਦ ਆਪਾਂ ਜੇ ਕੋਈ ਐਡਜੈਕਟਿਵ ਜਾਂ ਹੋਰ ਕੋਈ ਚੀਜ਼ ਯੂਜ ਕਰਨੀ ਉਹ ਯੂਜ ਕਰ ਸਕਦੇ ਹਾਂ, ਠੀਕ ਹੈ। ਆਪਾਂ ਹੀ ਹੈਜ਼ ਨੋਟ ਬੀਟਰ ਲੈਸਨ ਜੇ ਇਸ ਤਰ੍ਹਾਂ ਵੀ ਕਹਿ ਦਿੰਦੇ ਤਾਂ ਫਿਰ ਵੀ ਅਸੀਂ ਡੈਂਸ ਬਿਲਕੁਲ ਸਹੀ ਹੋਣਾ ਸੀ। ਜਿਸ ਜਗ੍ਹਾ ਇਸ਼ਾਰਾ ਕੀਤਾ ਕਿ ਆਰ ਅਪੁਆਇੰਟ ਸਿਮਲਰ ਜਿਸ ਜੇ ਲੈਸਨ ਹੀ ਯੂਜ਼ ਕਰਿਆ, ਸਾਰਾ ਲੈਸਨ ਨਹੀਂ ਦੁਹਰਾਏ, ਸਿਰਫ ਇੱਕੋ ਲੈਸਨ ਜਿਹੜਾ ਆ ਉਹਨੇ ਉਹ ਨੂੰ ਰਿਪੀਟ ਦੁਹਰਾਇਆ ਨਹੀਂ ਹੈ, ਇਸ ਕਰਕੇ ਦਿਸ ਯੂਜ਼ ਕੀਤਾ, ਠੀਕ ਹੈ। ਜੇ ਆਪਾਂ ਇਹਨੂੰ ਫਾਰਮੂਲੇ ਦੇ ਤੌਰ 'ਤੇ ਲੈਣਾ ਕਿ ਹੈਲਪਿੰਗ ਵਰਬ ਕਿੱਥੇ ਯੂਜ਼ ਕਰਨਾ, ਤਾਂ ਫਾਰਮੂਲਾ ਇਸ ਤਰ੍ਹਾਂ ਹੋ ਸਕਦਾ ਸਬਜੈਕਟ ਐਸ ਪਲੱਸ ਐਚ ਵੀ, ਐਚ ਵੀ ਆਪਾਂ ਲਵਾਂਗੇ ਹੈਲਪਿੰਗ ਵਰਬ ਦੇ, ਹੈਲਪਿੰਗ ਵਰਬ ਪਲੱਸ ਐਨ, ਐਨ ਆਪਾਂ ਲਵਾਂਗੇ ਨੈਗੇਟਿਵ ਦੇ ਤੌਰ 'ਤੇ, ਪਲੱਸ ਮੇਨ ਵਰਬ ਲਵਾਂਗੇ ਜਾਂ ਮੇਨ ਵਰਬ ਯੂਜ਼ ਕਰਦੇ ਹਾਂ, ਦੈਨ ਪਲੱਸ ਡੈਮੋਸਟ੍ਰੇਟਿਵ ਜਾਂ ਡੀ ਐਮ ਲਵਾਂਗੇ, ਡੈਮੋਸਟ੍ਰੇਟਿਵ ਜਾਂ ਐਡਜੈਕਟਿਵ ਲਵਾਂਗੇ, ਪਲੱਸ ਲਾਸਟ ਵਿੱਚ ਲਵਾਂਗੇ ਓਬਜੈਕਟ। ਇਸ ਤਰ੍ਹਾਂ ਦਾ ਫਾਰਮੂਲਾ ਯੂਜ਼ ਕਰ ਸਕਦੇ ਹਾਂ ਆਪਾਂ ਇਹਨੂੰ ਸਮਝਣ ਵਾਸਤੇ, ਬੈਟਰ ਸਮਝਣ ਵਾਸਤੇ। ਐਂਡ ਥੈਂਕਸ ਫਾਰ ਵਾਚਿੰਗ। ਜੇ ਤੁਹਾਨੂੰ ਜੇ ਵੀਡੀਓ ਚੰਗੀ ਲੱਗੀ ਹੋਏ ਪਲੀਜ਼ ਲਾਈਕ ਵੀ ਕਰਿਓ, ਸ਼ੇਅਰ ਵੀ ਕਰਿਓ, ਠੀਕ ਹੈ। ਜੇ ਸੁਧਾਰ ਦੀ ਲੋੜ ਹੋਏ ਤਾਂ ਤੁਸੀਂ ਕਮੈਂਟ ਕਰੋ, ਮੈਂ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗਾ, ਠੀਕ ਹੈ। ਅਤੇ ਜਿੰਨਾ ਮੇਰੇ ਨਵੇਂ ਵਿਊਵਰਸ ਨੇ ਉਹਨਾਂ ਨੂੰ ਮੈਂ ਰਿਕੁਐਸਟ ਕਰਦਾ ਕਿ ਚੈਨਲ ਨੂੰ ਸਬਸਕ੍ਰਾਈਬ ਕਰਨ ਅਤੇ ਲੇਟੈਸਟ ਅਪਡੇਟ ਵਾਸਤੇ ਬੈਲ ਆਈਕਨ ਪ੍ਰੈਸ ਕਰਨ।